ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਤੁਹਾਡੀ ਹੋਸਟ ਵੀਤ ਕੋ ਨਿਊਜ਼ ਟੀਵੀ 84 ਦਾ ਨਲ ਵਿਅਰ ਜਿਸ ਨਾਲ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ 12 ਫਰਵਰੀ ਦਾ ਦਿਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਜੀ ਦਾ ਜਨਮ ਦਿਨ ਹੈ ਸੰਤ ਪਿੰਡਾਂ ਵਾਲਿਆਂ ਨੇ 6 ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਰੱਖਿਆ ਕਰਦਿਆਂ ਜੂਝ ਕੇ ਸ਼ਹੀਦੀ ਪਾਈ ਸੀ ਪਿਛਲੇ ਲਗਭਗ 30 ਸਾਲ ਤੋਂ ਹੀ ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਵਿਵਾਦਾਂ ਦੇ ਘੇਰੇ ਵਿੱਚ ਹੈ ਕਿਸੇ ਲਈ ਉਹ ਨਾਇਕ ਤੇ ਸ਼ਹੀਦ ਹਨ ਅਤੇ ਕਿਸੇ ਲਈ ਖਨਾਇਕ ਤੇ دہشتਗਰਦ ਅੱਜ ਅਸੀਂ ਇਸ ਵਿਸ਼ੇਸ਼ ਦਿਨ ਦੇ ਮੌਕੇ ਤੇ ਵਿਰੋਧੀਆਂ ਵੱਲੋਂ ਕੀਤੇ ਜਾਂਦੇ ਸਵਾਲਾਂ ਅਤੇ ਸ਼ੰਕਿਆਂ ਨੂੰ ਆਧਾਰ ਬਣਾ ਕੇ ਹੀ ਗੱਲਬਾਤ ਕਰਾਂਗੇ ਅਸੀਂ ਆਪਣੀ ਯੰਗਰ ਜਨਰੇਸ਼ਨ ਨੂੰ ਮੁੱਖ ਰੱਖ ਕੇ ਇਹ ਗੱਲਬਾਤ ਕਰ ਰਹੇ ਹਾਂ ਅਤੇ ਜਿਹੜੇ ਬਹੁਤ ਸਾਰੇ ਸਵਾਲ ਅਸੀਂ ਪੁੱਛਾਂਗੇ ਇਹ ਫੇਸਬੁੱਕ ਅਤੇ ਦੂਸਰੇ ਮੀਡੀਆ ਵਿੱਚ ਸਮੇਂ-ਸਮੇਂ ਸਾਡੇ ਕੋਲੋਂ ਪੁੱਛੇ ਜਾਂਦੇ ਹਨ ਸਾਡੇ ਨਾਲ ਇਸ ਵਿਸ਼ੇਸ਼ ਮਿਲਣ ਲਈ ਡਾਕਟਰ ਅਮਰਜੀਤ ਸਿੰਘ ਸੰਚਾਲਕ ਖਾਲਸਤਾਨ ਅਫੇਅਰਸ ਅੰਟਰ ਬੈਠੇ ਹਨ ਜਿਨ੍ਹਾਂ ਨੇ ਪਿਛਲੇ 25 ਸਾਲ ਤੋਂ ਜ਼ਿਆਦਾ ਸਮੇਂ ਖਾਲਸਤਾਨ ਦੇ ਮੁੱਦੇ ਨੂੰ ਲੈ ਕੇ ਲਾਬਿੰਗ ਵਿੱਚ ਬਿਤਾਇਆ ਹੈ ਵਿਅਰਸ ਡਾਕਟਰ ਸਾਹਿਬ ਇੱਕ ਸਪੀਕਰ ਵੀ ਹਨ ਅਤੇ ਲਿਖਾਰੀ ਵੀ ਅਤੇ ਇਹਨਾਂ ਵੱਲੋਂ ਟੀਵੀ 84 ਤੇ ਮੰਡੇ ਥਰੂ ਫਰਡੇ ਕੀਤਾ ਜਾਂਦਾ ਪ੍ਰੋਗਰਾਮ ਸੱਚੋ ਸੱਚ ਦੁਨੀਆ ਭਾਰ ਦੇ ਸਿੱਖ ਹਲਕਿਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਚੁੱਕਿਆ ਹੈ ਡਾਕਟਰ ਸਾਹਿਬ ਯੰਗਰ ਜਨਰੇਸ਼ਨ ਨੂੰ ਵੀ ਇਨਸਪਾਇਰ ਕਰਦੇ ਹਨ ਅਤੇ ਸਿੱਖ ਯੂਥ ਕੈਂਪਸ ਤੇ ਰਿਟਰੀਟਸ ਵਿੱਚ ਵੀ ਇਹਨਾਂ ਦੀ ਵਿਸ਼ੇਸ਼ ਦਿਲਚਸਪੀ ਹੈ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਡਾਕਟਰ ਸਾਹਿਬ ਸਾਡਾ ਟੀਵੀ 84 ਦੇ ਨਿਊਜ਼ ਦੇ ਸਟੂਡੀਓ ਦੇ ਵਿੱਚ ਸ਼ਾਮਿਲ ਹਨ ਜੀ ਡਾਕਟਰ ਸਾਹਿਬ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਹਾਂਜੀ ਰੀਤਕੌਰ ਜੀ ਤੁਹਾਨੂੰ ਵੀ ਤੇ ਟੀਵੀ 84 ਦੇ ਸਮੂਹ ਦਰਸ਼ਕਾਂ ਸ਼੍ਰੋਤਿਆਂ ਨੂੰ ਵੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਅੱਜ ਸੰਤ ਜਨੈਲ ਪਿੰਡਾਵਾਰਾਂ ਜੀ ਦਾ ਜਨਮ ਦਿਹਾੜਾ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੋਂ ਸੰਤ ਜਰਨੈਲ ਸਿੰਘ ਜੀ ਦੇ ਪਿਛੋਕੜ ਬਾਰੇ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਉਹ ਧਰਮ ਪ੍ਰਚਾਰ ਦੇ ਖੇਤਰ ਵਿੱਚ ਆਏ ਇਸ ਬਾਰੇ ਬੇਰਵੇਦ ਨਾਲ ਜਾਣਕਾਰੀ ਦਿਓ। ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਇਸ ਮੁਬਾਰਕ ਦਿਨ ਦੇ ਮੌਕੇ ਅਸੀਂ ਦੁਨੀਆ ਭਰ ਵਿੱਚ ਬੈਠੀਆਂ ਸਿੱਖ ਸੰਗਤਾਂ ਦੇ ਨਾਲ ਇਹ ਖੁਸ਼ੀ ਸਾਂਝੀ ਕਰਦੇ ਹਾਂ। ਜੀ ਬਿਸ਼ੱਕ ਇਸ ਸਿੱਖਾਂ 'ਚ ਇੱਕ ਰਵਾਇਤ ਹੈ ਕਿ ਅਸੀਂ ਪ੍ਰਕਾਸ਼ ਦਿਵਸ ਜਿਨ੍ਹਾਂ ਨੂੰ ਆਮ ਜ਼ੁਬਾਨ ਦੇ ਵਿੱਚ ਜਨਮ ਦਿਨ ਕਹਿੰਦੇ ਨੇ ਬਰਥਡੇ ਜੀ ਗੁਰੂ ਸਾਹਿਬਾਨ ਨੂੰ ਅਸੀਂ ਪ੍ਰਕਾਸ਼ ਮਾਨ ਮੰਨਦੇ ਹਾਂ ਕਿ ਉਹ ਨਿਰੰਕਾਰ ਦਾ ਪ੍ਰਕਾਸ਼ ਨੇ ਰੌਸ਼ਨੀ ਨੇ ਹਾਂਜੀ ਉਹਨਾਂ ਦਾ ਸੀ ਪ੍ਰਕਾਸ਼ ਦਿਵਸ ਸੀ ਮਨਾਉਂਦੇ ਜੀ ਲੇਕਿਨ ਇਹ ਵੀ ਇੱਕ ਅਜੀਬ ਇਤਫਾਕ ਕਹਿ ਲੋ অর ਇਹ ਗੱਲ ਮੈਂ ਸਰ ਸੁਮਨਜੀਤ ਸਿੰਘ ਮਾਨ ਜਦੋਂ ਅੱਜ ਤੋਂ 6-7 ਸਾਲ ਪਹਿਲਾਂ ਉਹ ਅਮਰੀਕਾ ਆਏ ਜੀ ਤੇ ਉਹਨਾਂ ਨੇ ਪਹਿਲੀ ਵਾਰ ਸੰਤਾਂ ਦਾ 12 ਫਰਵਰੀ ਦਾ ਜਨਮ ਦਿਨ ਫਤੇਗੜ ਸਾਹਿਬ ਮਨਾਉਣਾ ਸ਼ੁਰੂ ਕੀਤਾ ਸੀ ਹਾਂਜੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਜਿਹੜਾ ਇਹ ਦਿਨ ਕਿਉਂ ਚੁਣਿਆ ਤੁਸੀਂ ਸੰਤਾਂ ਦਾ ਸ਼ਹੀਦੀ ਦਿਨ ਕਿਉਂ ਨਹੀਂ ਮਨਾਉਂਦੇ ਕਿਉਂਕਿ ਰਵਾਇਤ ਜਨਮ ਦਿਨ ਮਨਾਉਣ ਦੀ ਨਹੀਂ ਹੈ ਸਿੱਖਾਂ ਦੇ ਵਿੱਚ ਜੀ ਸਿੰਘਾਂ ਦੇ ਸ਼ਹੀਦੀ ਦੇ ਨਹੀਂ ਮਨਾਏ ਜਾਂਦੇ ਨੇ ਸਿੰਘਾਂ ਸਿੰਘਣੀਆਂ ਦੇ ਹਾਂਜੀ ਤੇ ਉਹ ਕਹਿਣ ਲੱਗੇ ਜੀ ਅਸਲੀ ਗੱਲ ਇਹ ਹੈ ਵੀ ਦਮਦਮੀ ਟਕਸਾਲ ਸੰਤਾਂ ਦੀ ਸ਼ਹਾਦਤ ਤੋਂ ਮੁਨਕਰ ਜੀ ਅਸੀਂ ਉਹਨਾਂ ਦੇ ਨਾਲ ਸਿੱਧਾ ਟਕਰਾ ਨਹੀਂ ਲੈਣਾ ਚਾਹੁੰਦੇ ਹਾਂਜੀ ਪਰ ਦੂਸਰੇ ਪਾਸੇ ਸਰਕਾਰ ਦੇ ਪ੍ਰਭਾਵ ਥੱਲੇ ਲੋਕਾਂ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਦੀ ਸੋਚ ਔਰ ਖਾਸ ਜ਼ੋਰ ਤੇ ਜਿਹੜਾ ਖਾਲਸਾਤਾਨ ਦਾ ਨਿਸ਼ਾਨਾ ਹੈ ਜੀ ਉਹ ਮੱਦਮ ਪੈਂਦਾ ਜਾ ਰਿਹਾ ਹੈ ਤੇ ਸਾਡਾ ਇਹ ਯਤਨ ਹੈ ਕਿ ਭਾਵੇਂ ਅਸੀਂ ਜਨਮ ਦਿਨ ਹੀ ਸ਼ੁਰੂ ਕੀਤਾ ਹੈ ਮਨਾਣਾ ਵੀ ਕਟੋ-ਕਟ ਸੰਤਾਂ ਦੀ ਸ਼ਖਸੀਅਤ ਔਰ ਉਹਨਾਂ ਦੀ ਸੋਚ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਧਿਆਨ ਕੇਂਦਰਿਤ ਹੋਏ ਇਸ ਲਈ ਅਸੀਂ ਜਨਮ ਦਿਨ ਮਨਾਣਾ ਸ਼ੁਰੂ ਕੀਤਾ ਹੈ ਸੋ ਮੈਂ ਸਭ ਮੈਂ ਉਹਨਾਂ ਨੂੰ ਕਿਹਾ ਜੀ ਠੀਕ ਹੈ ਤੁਹਾਡੀ ਸੋਚ ਜਿਹੜੀ ਹੈ ਤੁਸੀਂ ਠੀਕ ਸੋਚਦੇ ਹੋ ਔਰ ਨਤੀਜੇ ਦੇ ਤੌਰ ਤੇ ਹੁਣ ਇਹ ਹੈ ਵੀ ਹਰ ਸਾਲ ਫਤੇਗੜ ਸਾਹਿਬ ਚ ਬਹੁਤ ਵੱਡਾ ਇਕੱਠ ਹੁੰਦਾ ਹੈ ਇਸ ਮੌਕੇ ਦੇ ਉੱਤੇ ਇਸ ਵਾਰ ਤਾਂ ਉਹਨਾਂ ਨੇ ਇਹ ਵਿਸ਼ੇਸ਼ ਪ੍ਰਬੰਧ ਕੀਤਾ ਹੈ ਕਿ ਜਿਹੜੇ ਪੰਜਾਬ ਵਿਚਲੇ ਤਿੰਨ ਮੁਖ ਤਖਤ ਨੇ ਅਕਾਲ ਤਖਤ ਸਾਹਿਬ ਤਕਸਰੀ ਕੇਸਗੜ ਸਾਹਿਬ ਜੀ ਔਰ ਤਕਸਰੀ ਦੰਦਮਾ ਸਾਹਿਬ ਜੀ ਉੱਥੋਂ ਵੀ ਜਲੂਸ ਜਿਹੜੇ ਨੇ ਉਹ ਆਏ ਨੇ ਜਿਨ੍ਹਾਂ ਨੇ ਆ ਕੇ ਫਤੇਗੜ ਸਾਹਿਬ ਉਹਨਾਂ ਨੇ ਜੁਆਇਨ ਕੀਤਾ ਹੈ ਔਰ ਉੱਥੇ ਵੱਡਾ ਇਕੱਠ ਜਿਹੜਾ ਹੈ ਉਹ ਚੱਲ ਰਿਹਾ ਹੈ ਜੀ ਸੋ ਹੁਣ ਤੁਹਾਡੇ ਮੈਂ ਸਵਾਲ ਵਾਲਾ ਆਂਦਾ ਕਿ ਦੇਖੋ ਇਹ ਵੀ ਇਤਿਹਾਸ ਜਾਂ ਸਾਡੀ ਰਵਾਇਤ ਇਹ ਦੱਸਦੀ ਹੈ ਕਿ ਜਦੋਂ ਅਸੀਂ ਕਿਸੇ ਉਸ ਤਬਦੀਲੀ ਲਿਆਉਣ ਵਾਲਾ ਮਨੁੱਖ ਜਿਸ ਨੇ ਪੰਥ ਨੂੰ ਜਾਂ ਘਟਨਾਵਾਂ ਨੂੰ ਪ੍ਰਭਾਵਿਤ ਕੀਤਾ ਹੋਏ ਉਸ ਦੇ ਬਚਪਨ ਤੋਂ ਹੀ ਜਿਹੜੇ ਨੇ ਉਸ ਦੇ ਚਿੰਨ ਨਜ਼ਰ ਆਣੇ ਸ਼ੁਰੂ ਹੋ ਜਾਂਦੇ ਨੇ ਔਰ ਇਸ ਤੋਂ ਹੀ ਸ਼ਾਇਦ ਉਥੋਂ ਦੀ ਜ਼ੁਬਾਨ ਦੇ ਵਿੱਚ ਇੱਕ ਖਾਨ ਹੈ ਕਿ ਹੋਣ ਹਾਰ ਵਿਦਵਾਨ ਕੇ ਹੋਤ ਚੀਕਨੇ ਪਾਤ ਕਿ ਉਹ ਤੁਹਾਨੂੰ ਜਾਂ ਜੇ ਇਹਨੂੰ 네ਗੇਟਿਵ ਕਹਿਣਾ ਹੋਏ ਜਿਹੜੇ ਲੋਕ 네ਗੇਟਿਵ ਹੁੰਦੇ ਨੇ ਉਹਨਾਂ ਬਾਰੇ ਸਾਡੇ ਪੰਜਾਬੀ ਜ਼ਬਾਨ ਚ ਬੜਾ ਰਿਚ ਖਾਨ ਹੈ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ ਸੋ ਸੋ ਜ਼ਾਹਰ ਹੈ ਆ ਬਾਬਾ ਜਗਿੰਦਰ ਸਿੰਘ ਜਿਹੜੇ ਸੰਜਨ ਐਲ ਸਿੰਘ ਜੀ ਦੇ ਪਿਤਾ ਜੀ ਨੇ ਇਹ ਉਸ ਤੋਂ ਪਹਿਲਾਂ ਜਿਹੜੇ ਗਿਆਨੀ ਗੁਰਬਚਨ ਸਿੰਘ ਖਾਲਸਾ ਜਿਨ੍ਹਾਂ ਨੇ 20ਵੀਂ ਸਦੀ ਦੀ ਬਿਗਨਿੰਗ ਚ ਦੰਦਮੀ ਟਕਸਾਲ ਦੇ ਮੁਖੀ ਦੇ ਤੌਰ ਤੇ ਬੜੀ ਸੇਵਾ ਨਿਭਾਈ ਉਹ ਉਹਨਾਂ ਦੇ ਘਰ ਉਹਨਾਂ ਦਾ ਅਣਜਾਣ ਸੀ ਔਰ ਜਿਵੇਂ ਪਰਿਵਾਰਕ ਖਲਕਿਆਂ ਤੋਂ ਸਾਨੂੰ ਪਤਾ ਲੱਗਾ ਕਿ ਇਹ ਜਦੋਂ ਛੋਟੇ ਸਨ ਤੇ ਇਹ ਗਿਆਨੀ ਗੁਰਬਚਨ ਸਿੰਘ ਖਾਲਸਾ ਇਹਨਾਂ ਦੇ ਬਾਬਾ ਜਗਿੰਦਰ ਸਿੰਘ ਉਹਨਾਂ ਦੇ ਘਰ ਆਏ ਜਿਵੇਂ ਰਵਾਇਤ ਪ੍ਰਸ਼ਾਦਾ ਪਾਣੀ ਦੀ ਸੇਵਾ ਉਹਨਾਂ ਕੀਤੀ ਤੇ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਖਾਲਸਾ ਨੇ ਪੁੱਛਿਆ ਬਾਬਾ ਜਗਿੰਦਰ ਸਿੰਘ ਨੂੰ ਕਿ ਜੀ ਤੁਹਾਡੇ ਕਿੰਨੇ ਕਿੰਨੇ ਬੱਚੇ ਨੇ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਮੇਰੇ ਪੰਜ ਪੁੱਤਰ ਨੇ ਔਰ ਉਹਨਾਂ ਨੇ ਕਿਹਾ ਜੀ ਫੇਰ ਇੱਕ ਪੰਥ ਨੂੰ ਦੇ ਦਿਓ ਤੇ ਉਹਨਾਂ ਨੇ ਪੰਜੋ ਲਿਆ ਕੇ ਖੜੇ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਜੀ ਹਾਲ ਉਹ ਜਿਹੜਾ ਤੁਹਾਨੂੰ ਚਾਹੀਦਾ ਉਹਨੂੰ ਪੰਥ ਦੀ ਸੇਵਾ ਚ ਲਾ ਲਓ ਔਰ ਇਹ ਜਿਹੜੇ ਸਭ ਤੋਂ ਛੋਟੇ ਸਨ ਸੰਜਨੈਲ ਸਿੰਘ ਇਹਨਾਂ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਔਰ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਟਕਸਾਲ ਦੇ ਨਾਲ ਸੰਬੰਧ ਜੁੜਿਆ ਜੀ ਹਾਲਾਂਕਿ ਟਕਸਾਲ ਦੀ ਵਿੱਚ ਕਿਉਂਕਿ ਜਿਹਨੇ ਟਕਸਾਲ ਦੇ ਮੁਖੀ ਹੁੰਦੇ ਨੇ ਉਹ ਗ੍ਰਸਤੀ ਹੁੰਦੇ ਨੇ ਔਰ ਵਿਆਹ ਕਰਾਣਾ ਉਹਨਾਂ ਲਈ ਲਾਜ਼ਮੀ ਹੈ ਕਿਉਂਕਿ ਇਹ ਨਹੀਂ ਹੈ ਕਿ ਵੀ ਉਹ ਕੋਈ ਸਿੰਗਲ ਜਾਂ ਜਿਨ੍ਹਾਂ ਨੂੰ ਅੱਜਕੱਲ ਬੜੇ ਸੰਨਿਆਸੀ ਤੇ ਦੂਜੇ ਉਹਨਾਂ ਨੂੰ ਪ੍ਰੇਫਰ ਕਰਦੇ ਨੇ ਸੋ ਟਕਸਾਲ ਦੇ ਨਾਲ ਉਹਨਾਂ ਦਾ ਸੰਬੰਧ ਜੁੜਿਆ ਵਿਦਿਆ ਉਹਨਾਂ ਨੇ ਉੱਥੋਂ ਲਈ ਫਿਰ ਸਮਾਂ પાਕੇ ਆਪਣੇ ਪਿੰਡ ਵੀ ਆਉਂਦੇ ਰਹੇ ਜੀ ਉਹਨਾਂ ਨੇ ਗ੍ਰੈਸ ਜੀਵਨ ਦੇ ਵਿੱਚ ਵੀ ਪ੍ਰਵੇਸ਼ ਕੀਤਾ ਔਰ ਉਹਨਾਂ ਦੇ ਸੰਤਾਂ ਦੇ ਦੋ ਬੇਟੇ ਵੀ ਨੇ ਉਹਨਾਂ ਚੋਂ ਇੱਕ ਬੇਟਾ ਉਹਨਾਂ ਦਾ ਕੈਨੇਡਾ 'ਚ ਹੈ ਇੱਕ ਪੰਜਾਬ 'ਚ ਹੈ ਜੀ ਔਰ ਉਹਨਾਂ ਦੀ ਸਿੰਗਣੀ ਸੰਤਾਂ ਦੀ ਬੀਬੀ ਪ੍ਰੀਤਮ ਕੌਰ ਉਹ ਵੀ ਅਮਰੀਕਾ ਐ ਸਨ ਕੁਝ ਸਾਲ ਪਹਿਲਾਂ ਹੁਣ ਤਾਂ ਉਹ ਚੜਾਈ ਕਰ ਗਏ ਜੀ ਮੈਨੂੰ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲੇ ਔਰ ਉਹ ਵੀ ਬੜੇ ਸਬਰ ਸਦਕ ਸੰਤੋਖ ਵਾਲੀ ਜਿਹੜੇ ਜਿਵੇਂ ਇੱਕ ਆਦਰਸ਼ ਗੁਰਸਿੱਖੀ ਦੀ ਮੂਰਤ ਬੀਬੀ ਹੁੰਦੇ ਨੇ ਹਾਂਜੀ ਇਵੇਂ ਸਨ ਜੀ ਸੋ ਇਸ ਤਰੀਕੇ ਨਾਲ ਫਿਰ ਗਿਆਨੀ ਗੁਰਬਚਨ ਸਿੰਘ ਖਾਲਸਾ ਦੇ ਚੜ੍ਹਾਈ ਕਰਨ ਤੋਂ ਬਾਅਦ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਟਕਸਾਲ ਦੇ ਮੁਖੀ ਬਣੇ ਹਾਲਾਂਕਿ ਉਦੋਂ ਟਕਸਾਲ ਦੇ ਵਿੱਚ ਡਿਵੀਜ਼ਨ ਹੋਈ ਇੱਕ ਮੁੱਖ ਤੌਰ ਤੇ ਜਿੱਥੇ ਪਿੰਡਰ ਕਲਾ ਇਹਨਾਂ ਨੂੰ ਪਿੰਡਰਾਵਾਲੇ ਵੀ ਇਸ ਲਈ ਕਿਹਾ ਜਾਂਦਾ ਹੈ ਕਿ ਪਿੰਡਰ ਕਲਾ ਪਿੰਡ ਹੈ ਜਿੱਥੋਂ ਗਿਆਨੀ ਗੁਰਬਚਨ ਸਿੰਘ ਜਿਸ ਪਿੰਡ ਨਾਲ ਸੰਬੰਧਤ ਸਨ ਸੋ ਉਸ ਤੋਂ ਉਹਨਾਂ ਨੂੰ ਪਿੰਡਰਾਂ ਵਾਲੇ ਕਹਿੰਦੇ ਸੀ ਪਿੰਡ ਦਾ ਨਾਮ ਹੈ ਜੀ ਔਰ ਉੱਥੇ ਜਿਹੜਾ ਡੇਰਾ ਸੀ ਜਦੋਂ ਇਹਨਾਂ ਦੀ ਆਪਸੀ ਥੋੜੀ ਜਿਹੀ ਡਿਫਰੈਂਸ ਹੋਏ ਤੇ ਗਿਆਨੀ ਮੋਹਨ ਸਿੰਘ ਜਿਹੜੇ ਅਜੇ ਵੀ ਕਾਫੀ ਬਿਰਧ ਨੇ ਜਿਉਂਦੇ ਨੇ ਉਹਨਾਂ ਨੇ ਉੱਥੋਂ ਦੀ ਟਕਸਾਲ ਦੇ ਉੱਤੇ ਆਪਣਾ ਕੰਟਰੋਲ ਕਰ ਲਿਆ ਅਕਾਲੀ ਸਰਕਾਰ ਨੇ ਵੀ ਉਹਨਾਂ ਨੂੰ ਹੀ ਜਿਹੜਾ ਰੱਖ ਲਿਆ ਪ੍ਰਮੁਖਤਾ ਦਿੱਤੀ ਤਾਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ ਨੇ ਉਹ ਉਹਨਾਂ ਦਾ ਸਬੰਧ ਜਿਹੜਾ ਹੈ ਉਹ ਬਾਰਡਰ ਏਰੀਆ ਦੇ ਪਿੰਡ ਦੇ ਨਾਲ ਹੈ ਤੇ ਉਹਨਾਂ ਨੇ ਫਿਰ ਜਿੱਥੇ ਕਿ ਗਿਆਨੀ ਗੁਰਬਚਨ ਸਿੰਘ ਖਾਲਸਾ ਨੇ ਆਪਣਾ ਸਰੀਰ ਛੱਡਿਆ ਸੀ ਜਿੱਥੇ ਅੱਜ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਤੇਚ ਹੈ ਜੀ ਉੱਥੇ ਉਹਨਾਂ ਨੇ ਜਿਹੜਾ ਆਪਣਾ ਸਥਾਨ ਬਣਾਇਆ ਔਰ ਇਸ ਤਰ੍ਹਾਂ ਸੰਤ ਕਰਤਾਰ ਸਿੰਘ ਉਹਨਾਂ ਦੇ ਸੰਪਰਕ ਦੇ ਵਿੱਚ ਸੰਜਨੈਲ ਸਿੰਘ ਉਹਨਾਂ ਦੀ ਅੱਗੋਂ ਟ੍ਰੇਨਿੰਗ ਹੋਈ ਔਰ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਜਿਹੜੇ ਨੇ ਉਹਨਾਂ ਦਾ ਆ ਜਿਹੜਾ ਚੜਾਈ ਕਰਨ ਦਾ ਕਾਰਨ ਇੱਕ ਐਕਸੀਡੈਂਟ ਸੀ ਹਾਲਾਂਕਿ ਮੈਨੂੰ ਹਮੇਸ਼ਾ ਹੀ ਲੱਗਦਾ ਵੀ ਇਹ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਕਿ ਕਿਵੇਂ ਕਰਨਾ ਹੈ ਕਿਉਂਕਿ ਸੰਤ ਕਰਤਾਰ ਸਿੰਘ ਪਿੰਡਰਾ ਵਾਲੇ ਵੀ ਬੜੀ ਤੇਜਸਵੀ ਸ਼ਖਸੀਅਤ ਸਨ ਔਰ ਉਹ ਜਦੋਂ ਟਕਸਾਲ ਦੇ ਮੁਖੀ ਸਨ ਉਦੋਂ ਹੀ 1975 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦੀ ਦਿਨ ਸੀ ਐਮਰਜੈਂਸੀ ਲੱਗੀ ਹੋਈ ਸੀ ਭਾਰਤ ਦੇ ਵਿੱਚ ਔਰਗਾਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਸੋ ਉਹਨਾਂ ਨੇ ਰੱਖਿਆ ਕਿ ਜੀ ਅਸੀਂ ਅਨੰਦਪੁਰ ਸਾਹਿਬ ਤੋਂ ਸੀਸ ਗੰਜ ਤੱਕ ਦਿੱਲੀ ਤੱਕ ਚਾਂਦਨੀ ਚੌਂਕ ਜਿੱਥੋਂ ਕੇ ਗੁਰੂ ਤੇਗ ਬਹਾਦਰ ਸਾਹਿਬ ਗਏ ਸਨ ਸ਼ਹੀਦ ਸ਼ਹੀਦੀ ਦੇਣ ਲਈ ਉੱਥੋਂ ਇੱਕ ਬੜਾ ਵੱਡਾ ਨਗਰ ਕੀਰਤਨ ਕੱਢਿਆ ਔਰ ਜਦੋਂ ਉੱਥੇ ਇਕੱਠ ਹੋਇਆ ਬੜਾ ਵੱਡਾ ਉੱਥੋਂ ਦੇ ਓਪਨ ਸ਼ਾਇਦ ਰਾਮਲੀਲਾ ਮੈਦਾਨ ਚ ਤੇ ਉੱਥੇ ਇੰਦਰਾ ਗਾਂਧੀ ਵੀ ਆਈ ਕਿਉਂਕਿ ਇੰਦਰਾ ਗਾਂਧੀ ਪਬਲਿਸਿਟੀ ਚਾਹੁੰਦੀ ਸੀ ਦਿੱਲੀ ਵਾਲੇ ਕਾਂਗਰਸੀ ਰਹੇ ਨੇ ਬਹੁਤੇ ਜਿਹੜੇ ਸਿੱਖ ਵੀ ਉੱਥੇ ਇਕੱਠੇ ਹੁੰਦੇ ਨੇ ਜੀ ਔਰ ਉਹਦੇ ਚ ਸੰਤ ਕਰਤਾਰ ਸਿੰਘ ਪਿੰਡਰਾ ਵਾਲੇ ਵੀ ਉਸ ਸਟੇਜ ਤੇ ਬੈਠੇ ਸਨ ਔਰ ਉਹਨਾਂ ਨੇ ਇੰਦਰਾ ਗਾਂਧੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਕਿ ਸੰਤ ਕਰਤਾਰ ਸਿੰਘ ਪਿੰਡਾ ਵਾਲਿਆਂ ਨੇ ਅਮਰਜੈਂਸੀ ਦੇ ਖਿਲਾਫ ਅਕਾਲੀਆਂ ਨੇ ਮੋਰਚਾ ਲਾਇਆ ਸੀ ਔਰ ਉਹਦੇ ਚ ਉਹਨਾਂ ਨੇ ਲਗਭਗ 35 ਜਲੂਸ ਕੱਢੇ ਸਨ ਬਹੁਤ ਸਾਰੇ ਵਲੰਟੀਅਰ ਦਿੱਤੇ ਸੀ ਔਰ ਸੰਤ ਕਰਤਾਰ ਸਿੰਘ ਪਿੰਡਾ ਵਾਲਿਆਂ ਨੇ ਇੰਦਰਾ ਗਾਂਧੀ ਨੂੰ ਐਡਰੈਸ ਕਰਦਿਆਂ ਕਿਹਾ ਸੀ ਕਿ ਬੀਬੀ ਤੈਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਤੇਰੇ ਵਡੇਰੇ ਕਸ਼ਮੀਰੀ ਪੰਡਤ ਆਏ ਸਨ ਔਰ ਸਾਡੇ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜਿਹੜਾ ਅੱਜ ਤੁਹਾਨੂੰ ਰਾਜ ਭਾਗ ਮਿਲਿਆ ਹੈ ਬਿਲਕੁਲ ਇਹ ਸਾਡੀਆਂ ਸਾਡੇ ਗੁਰੂ ਸਾਹਿਬਾਨ ਤੇ ਸਿੱਖਾਂ ਦੀ ਕੁਰਬਾਨੀਆਂ ਦੀ ਬਦੌਲਤ ਹੈ ਤੇ ਜਿਹੜੇ ਰਾਜ ਦੇ ਸਕਦੇ ਨੇ ਉਹ ਰਾਜ ਖੋ ਵੀ ਸਕਦੇ ਨੇ ਔਰ ਇਹ ਬਿਲਕੁਲ ਸਿੱਖਾਂ ਦੇ ਨਾਲ ਇਹ ਬੇਇਨਸਾਫੀ ਬੰਦ ਕਰੋ ਸੋ ਇਹ ਇਸ ਕਿਸਮ ਦੀ ਸ਼ਖਸੀਅਤ ਸਨ ਸੰਤ ਕਰਤਾਰ ਸਿੰਘ ਖਾਲਸਾ ਪੰਡਰਾਂ ਵਾਲੇ ਨਿਰੰਕਾਰੀਆਂ ਨੂੰ ਨਕਲੀ ਨਿਰੰਕਾਰੀਆਂ ਨੂੰ ਵੀ ਉਹਨਾਂ ਨੇ ਚੈਲੰਜ ਕੀਤਾ ਇਸ ਲਈ ਮੈਨੂੰ ਹਮੇਸ਼ਾ ਹੀ ਲੱਗਦਾ ਹੈ ਕਿ ਜਿਹੜੀ ਉਹਨਾਂ ਦੀ ਟਰੱਕ ਐਕਸੀਡੈਂਟ ਦੇ ਵਿੱਚ ਬਾਅਦ ਦੇ ਵਿੱਚ ਕੁਝ ਸਮੇਂ ਬਾਅਦ ਡੈਥ ਹੋਈ ਇਹ ਵੀ ਕੋਈ ਹਾਦਸਾ ਨਹੀਂ ਸੀ ਇਹ ਵੀ ਇੱਕ ਉਸ ਕਨਸਪੀਰੇਸੀ ਦਾ ਹਿੱਸਾ ਸੀ ਹਾਲਾਂਕਿ ਇਹਨੂੰ ਇਹ ਗੱਲ ਬਹੁਤੇ ਨੇ ਕਦੇ ਕਹੀ ਨਹੀਂ ਹੈ ਪਰ ਜਿਸ ਕਿਸਮ ਦਾ ਮੈਨੂੰ ਇਹਨਾਂ ਦਾ ਪਤਾ ਹੈ ਵੀ ਕੀ ਇਹ ਕਰਦੀਆਂ ਨੇ ਏਜੰਸੀਆਂ ਸੋ ਸੰਤ ਕਰਤਾਰ ਸਿੰਘ ਖਾਲਸਾ ਪਿੰਡਾ ਵਾਲਿਆਂ ਤੋਂ ਬਾਅਦ ਜਿਹੜੀ ਟਕਸਾਲ ਦੀ ਸੇਵਾ ਹੈ ਉਹ ਸੰਜਨੈਲ ਸਿੰਘ ਖਾਲਸਾ ਪਿੰਡਾ ਵਾਲਿਆਂ ਨੂੰ ਮਿਲੀ ਇਹ ਬਹੁਤ ਯੰਗ ਸਨ ਇਹਨਾਂ ਦਾ ਜਿਹੜਾ ਜਨਮ ਦਿਨ ਹੈ ਇਹ 12 ਫਰਵਰੀ 1947 ਹੈ ਜੀ ਸੋ ਜਦੋਂ ਇਹ ਟਕਸਾਲ ਦੇ ਮੁਖੀ ਬਣੇ 1970 ਦੇ ਵਿੱਚ ਉਦੋਂ ਬਹੁਤ ਯੰਗ ਸਨ ਔਰ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਕੁਦਰਤੀ ਇੱਕ ਵਾਰ ਜਦੋਂ ਮੁਖੀ ਬਣਿਆ ਉਹਨਾਂ ਨੂੰ ਅਜੇ 2-3 ਮਹੀਨੇ ਹੋਏ ਸਨ ਉਹ ਜਲੰਧਰ ਚੋਂ ਗੁਜ਼ਰ ਰਹੇ ਸਨ ਤੇ ਉੱਥੇ ਗੁਰੂ ਨਾਨਕ ਮਿੰਟ ਗੁੰਮਰੀ ਸਕੂਲ ਵੀ ਔਰ ਬੀਅਰਡ ਕਾਲਜ ਹੈ ਉੱਥੇ ਇੱਕ ਸਮਾਗਮ ਸੀ ਤੇ ਉਹਦੇ ਚ ਉਹਨਾਂ ਨੇ ਸ਼ਮੂਲੀਅਤ ਕੀਤੀ ਮੈਂ ਵੀ ਵਿਦਿਆਰਥੀ ਸਾਂ ਜਲੰਧਰ ਰਹਿੰਦਾ ਸਾਂ ਔਰ ਪਹਿਲੀ ਵਾਰ ਮੈਨੂੰ ਉਹਨਾਂ ਦੀ ਉਹ ਗਲਿੰਪਸ ਉਹਨਾਂ ਦੇ ਦਰਸ਼ਨ ਦਾ ਮੌਕਾ ਮਿਲਿਆ ਔਰ ਇਹ ਉਹੀ ਜਿਹੜੇ 1970 ਚ ਮੁਖੀ ਬਣਦੇ ਨੇ ਔਰ 1984 ਦੇ ਵਿੱਚ 6 ਜੂਨ ਨੂੰ ਉਹਨਾਂ ਨੇ ਸ਼ਹੀਦੀ ਪਾਈ 7 ਸਾਲ ਦੇ ਉਸ ਲਗਭਗ ਸਮੇਂ ਦੇ ਵਿੱਚ ਜਿਵੇਂ ਉਹਨਾਂ ਨੇ ਰੈਵੋਲੂਸ਼ਨਾਈਜ਼ ਕੀਤਾ ਜਿਵੇਂ ਉਹਨਾਂ ਨੇ ਸਿੱਖੀ ਨੂੰ ਇੱਕ ਉਸ ਲੈਵਲ ਤੇ ਲਿਆ ਕੇ ਖੜਾ ਕੀਤਾ ਜਿੱਥੇ ਕਿ ਅੱਜ ਅਸੀਂ ਆਪਣੀ ਪਛਾਣ ਆਪਣੇ ਕੌਮੀ ਘਰ ਦੀ ਗੱਲ ਕਰਦੇ ਹਾਂ ਸੋ ਇਹ ਸੰਜਨੈਲ ਸਿੰਘ ਖਾਲਸਾ ਪੰਡਾਵਾਲਿਆਂ ਦੇ ਨਾਲ 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 ਦਮਦਮੀ ਟਕਸਾਲ ਦਾ ਪਿਛੋਕੜ ਵੀ ਹੈ ਜੀ ਸ਼ੁਕਰੀਆ ਵੀਰ ਜੀ ਤੇ ਵੀਰ ਜੀ ਅਸੀਂ ਤੁਹਾਡੇ ਕੋਲ ਇਹ ਵੀ ਜਾਣਕਾਰੀ ਲੈਣਾ ਚਾਹਾਂਗੇ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਪਿੰਜਾਂ ਵਾਲਿਆਂ ਦੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਆਉਣ ਦਾ ਮੁੱਖ ਕਾਰਨ ਧਰਮ ਯੁੱਧ ਮੋਰਚਾ ਸੀ ਇਹ ਧਰਮ ਯੁੱਧ ਮੋਰਚਾ ਕੀ ਸੀ ਅਤੇ ਕਿਵੇਂ ਸ਼ੁਰੂ ਹੋਇਆ ਇਸ ਬਾਰੇ ਵੀ ਵੇਰਵੇ ਨਾਲ ਜਾਣਕਾਰੀ ਦਿਓ ਦੇਖੋ ਸੰਤ ਪਿੰਡਾਂ ਵਾਲੇ 1977 ਜਿਵੇਂ ਮੈਂ ਦੱਸਿਆ ਮੁਖੀ ਬਣੇ ਟਕਸਾਲ ਦੇ ਉਸ ਪੀਰੀਅਡ ਦੇ ਵਿੱਚ ਜਿਹੜੀ ਨਿਰੰਕਾਰੀ ਜਾਂ ਨਰਖਤਾਰੀ ਜਿਹਨਾਂ ਦੇ ਲਈ ਸ਼ਬਦ ਅਕਸਰ ਇਸਤੇਮਾਲ ਹੁੰਦਾ ਹੈ ਪਿੰਡਾਂ ਵਾਲੇ ਵੀ ਇਹੀ ਸ਼ਬਦ ਇਸਤੇਮਾਲ ਕਰਦੇ ਸਨ ਜੀ ਇਹ ਸਰਕਾਰ ਦੀਆਂ ਏਜੰਸੀਆਂ ਦਾ ਖੜਾ ਕੀਤਾ ਨੈਟਵਰਕ ਸੀ ਪੰਜਾਬ ਭਰ ਦੇ ਵਿੱਚ ਇਹਨਾਂ ਦੇ ਡੇਰੇ ਸੀ ਔਰ ਇਹਨਾਂ ਦਾ ਮੁਖੀ ਜਿਹੜਾ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੜੀ ਉੱਚੀ ਗੱਦੀ ਲਾ ਕੇ ਬਹਿੰਦਾ ਸੀ ਆਪ ਸਤਗੁਰੂ ਬਣਿਆ ਸੀ ਜੀ ਘਰ ਵਾਲੇ ਉਹਦੀ ਕੁਲਵੰਤ ਕੌਰ ਰਾਜਮਾਤਾ ਕੋੋਂ ਆਉਂਦੀ ਸੀ ਹਾਂਜੀ ਔਰ ਬੜੇ ਓਪਨਲੀ ਇਹ ਸਿੱਖਾਂ ਦੇ ਖਿਲਾਫ ਗੁਰੂ ਸਾਹਿਬਾਨ ਦੇ ਖਿਲਾਫ ਫਿਰ ਇਹ ਨਰਕਤਾਰੀ ਦਾ ਕਹਿਣਾ ਸੀ ਜੀ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਬਣਾਏ ਸੀ ਮੇਰੇ ਸੱਤ ਸਾਰੇ ਨੇ ਉਹਨੇ ਇਸ ਕਿਸਮ ਦਾ ਆਪਣਾ ਪਖੰਡ ਸ਼ੁਰੂ ਕੀਤਾ ਹੋਇਆ ਸੀ ਸੋ ਉਸ ਮਾਹੌਲ ਦੇ ਵਿੱਚ ਸੰਤਾਂ ਨੇ ਪੀਸਫੁਲੀ ਜਿਹੜਾ ਸਿੱਖੀ ਪ੍ਰਚਾਰ ਸ਼ੁਰੂ ਕੀਤਾ ਅ ਟਕਸਾਲ ਦੀ ਬਣਤਰ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਦੇਣਾ ਗੁਰਬਾਣੀ ਦੀ ਸੰਥਿਆ ਦੇਣਾ ਕਥਾ ਵਿਆਖਿਆ ਇਹਨੂੰ ਮੂਵਿੰਗ ਯੂਨੀਵਰਸਿਟੀ ਵੀ ਕਹਿੰਦੇ ਨੇ ਕਿਉਂਕਿ ਇੱਕ ਥਾਂ ਤੇ ਨਹੀਂ ਰਹਿੰਦੇ ਚਾਰਜ ਫੇਰੇ ਲੇਕਿਨ ਬੱਚਿਆਂ ਨੂੰ ਧਾਰਮਿਕ ਵਿੱਦਿਆ ਔਰ ਧਾਰਮਿਕ ਤੌਰ ਤੇ ਨਪੁੰਨ ਕਰਨਾ ਇਹ ਇਹਨਾਂ ਦਾ ਬੇਸਿਕ ਜਿਹੜਾ ਰਿਹਾ ਉਹ ਫਰਜ਼ ਰਿਹਾ ਔਰ ਉਦੋਂ ਹੀ 13 ਅਪ੍ਰੈਲ 1978 ਦਾ ਸਾਕਾ ਅੰਮ੍ਰਿਤਸਰ ਵਾਪਰਦਾ ਕਿਉਂਕਿ ਵਿਸਾਖੀ ਦਾ ਦਿਨ ਸੋ ਜੰਮੁਸਰਤ ਸ਼ਹਿਰ ਦੇ ਅੰਦਰ ਨਰਕਤਾਰੀਆਂ ਨੇ ਇੱਕ ਆਪਣਾ ਇਕੱਠ ਰੱਖਿਆ ਸੀ ਬਾਦਲ ਦੀ ਸਰਕਾਰ ਸੀ ਪੰਜਾਬ ਚ ਜੀ ਔਰ ਸ਼ਹੀਦ ਭਾਈ ਫੋਜਾ ਸਿੰਘ ਜਿਹੜੇ ਕਿ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸਨ ਉਹਨਾਂ ਦਾ ਵੀ ਸਮਾਗਮ ਅਖੰਡ ਕੀਰਤਨੀ ਜਥਿਆਂ ਦਾ ਵਿਸਾਖੀ ਜਦੋਂ ਅਜੀਤਨਗਰ ਜਲੰਧਰ ਚ ਅਜੀਤਨਗਰ ਅੰਮ੍ਰਿਤਸਰ ਦੇ ਵਿੱਚ ਚੱਲ ਰਿਹਾ ਸੀ ਜੀ ਔਰ ਉਦੋਂ ਕੀ ਨਰਕਤਾਰੀ ਜਦੋਂ ਕਿ ਆਪਣਾ ਜਲੂਸ ਉਹ ਕੱਢ ਰਿਹਾ ਸੀ ਔਰ ਉਹਦੇ ਵਿੱਚ ਸਿੱਖੀ ਦੇ ਖਿਲਾਫ ਕਾਫੀ ਗੱਲਾਂ ਹੋ ਰਹੀਆਂ ਸੀ ਸੰਤ ਪਿੰਡਾਂ ਵਾਲਿਆਂ ਨੂੰ ਸੁਨੇਹਾ ਮਿਲਿਆ ਇਹ ਮੰਜੀ ਸਾਹਿਬ ਸਨ ਇਹਨਾਂ ਨੇ ਜਿਹੜਾ ਉਹ ਭਾਈ ਫੋਜਾ ਸਿੰਘ ਉਹਨਾਂ ਨੂੰ ਸੁਨੇਹਾ ਭੇਜਿਆ ਅਖੰਡ ਕੀਰਤਨੀ ਜਥੇ ਦਾ ਜਿੱਥੇ ਸਮਾਗਮ ਚੱਲ ਰਿਹਾ ਸੀ ਅਜੀਤਨਗਰ ਸੋ ਮੁੱਖ ਦੀ ਗੱਲ ਕਿ ਸਿੱਖਾਂ ਦਾ ਇੱਕ ਪੀਸਫੁੱਲ ਪ੍ਰੋਟੈਸਟ ਜਿਹੜਾ ਉਹ ਉੱਥੇ ਪਹੁੰਚਿਆ ਜਿੱਥੇ ਉਹਨਾਂ ਦਾ ਸਮਾਗਮ ਚੱਲ ਰਿਹਾ ਸੀ ਔਰ ਬਿਨਾ ੜਕਾਟ ਤੋਂ ਪੁਲਿਸ ਦੀ ਪੂਰੀ ਸ਼ੈ ਦੇ ਉੱਤੇ ਨਰਕਤਾਰੀਆਂ ਨੇ ਗੋਲੀ ਚਲਾਈ ਉਹਨਾਂ ਦੇ ਕੋਲ ਆਪਣਾ ਅਸਲਾ ਔਰ ਪੂਰੇ ਦੇ ਨਾਲ ਉਹ ਲੈਸ ਆਏ ਸੀ ਤੇ ਤੇਰਾ ਸਿੰਘ ਮੌਕੇ ਦੇ ਉੱਤੇ ਸ਼ਹੀਦ ਹੋਏ ਜਿਹਨਾਂ ਦੇ ਭਾਈ ਫੋਜਾ ਸਿੰਘ ਪ੍ਰਮੁੱਖ ਸਨ ਔਰ ਬਹੁਤ ਸਾਰੇ ਜ਼ਖਮੀ ਹੋਏ ਮੇਰਾ ਖਿਆਲ ਹੈ ਸ਼ਾਇਦ 30 ਜਾਂ 40 ਦੇ ਕਰੀਬ ਸਿੰਘ ਜ਼ਖਮੀ ਹੋਏ ਹੁਣ ਉਹ ਇੱਕ ਐਸਾ ਵਾਕਿਆ ਸੀ ਜਿਹਨੇ ਸਾਰੇ ਸਿੱਖ ਪੰਥ ਨੂੰ ਹਿਲਾ ਕੇ ਰੱਖ ਦਿੱਤਾ ਕਿ ਵਿਸਾਖੀ ਦਾ ਦਿਨ ਅੰਮ੍ਰਿਤਸਰ ਦਾ ਸ਼ਹਿਰ ਅਕਾਲੀਆਂ ਦੀ ਸਰਕਾਰ ਔਰ ਇਹ ਕੁਝ ਹੋ ਰਿਹਾ ਸੋ ਸੰਤ ਪਿੰਡਾਂ ਵਾਲਿਆਂ ਨੇ ਉਸ ਮੁੱਦੇ ਨੂੰ ਆਧਾਰ ਬਣਾ ਕੇ ਫਿਰ ਆਪਣਾ ਪੂਰਾ ਜਿਹੜਾ ਪੂਰੇ ਜ਼ੋਰ ਦੇ ਨਾਲ ਜਿੱਥੇ ਸਿੱਖੀ ਪ੍ਰਚਾਰ ਸ਼ੁਰੂ ਕੀਤਾ ਉੱਥੇ ਨਰਕਧਾਰੀਆਂ ਦੇ ਵਿਰੋਧਤਾ ਸ਼ੁਰੂ ਕੀਤੀ ਔਰ ਸੈਂਟਰ ਗਵਰਨਮੈਂਟ ਕਿਉਂਕਿ ਇਸ ਗੱਲ ਦਾ ਸਾਨੂੰ ਧਿਆਨ ਰਹਿਣਾ ਚਾਹੀਦਾ ਹੈ ਕਿ 1947 ਤੋਂ ਬਾਅਦ ਇਹ ਰਾਧਾ ਸੁਆਮੀ ਨਰਕਤਾਰੀ ਕੋਈ ਰੋਹਾਨੀ ਸਤਸੰਗ ਹੋ ਰਜ ਆਸ਼ੂਤੋਸ਼ ਜਿੱਨਾ ਢੇਰਾ ਕਲਚਰ ਹੈ ਆਫ ਇਟਸ ਓਨ ਨਹੀਂ ਹੈ ਇਹ ਖੜੇ ਕੀਤੇ ਨੇ ਕਿਉਂਕਿ ਸਿੱਖੀ ਦੇ ਦੋ ਪਿੱਲਰ ਨੇ ਗ੍ਰੰਥ ਔਰ ਪੰਥ ਔਰ ਇਹ ਸਮਝਦੇ ਨੇ ਵੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਦਿਓ ਪੰਥ ਦੇ ਵਿੱਚ ਇਨਾ ਕ ਕਨਫਿਊਜ਼ਨ ਪੈਦਾ ਕਰ ਦਿਓ ਅੱਜ ਜਿਵੇਂ ਕੋ ਮਜਾਰਾਂ ਤੇ ਗਾ ਰਿਹਾ ਕੋ ਸਿਰ ਮੁੰਨਿਆ ਕੋ ਠੇਕਿਆਂ ਤੇ ਬੈਠਾ ਕੋ ਦੇਵੀਆਂ ਦੀਆਂ ਭੇਟਾ ਗਾ ਰਿਹਾ ਕੋ ਕੁਛ ਕਰ ਰਿਹਾ ਸੋ ਤੁਸੀਂ ਗ੍ਰੰਥ ਨਾਲੋਂ ਜਦੋਂ ਟੁੱਟ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਤੋਂ ਤੇ ਫੇਰ ਅਸੀਂ ਉਹੀ ਹੈ ਜਿਹੜਾ ਅੱਜ ਇੱਕ ਕਨਫਿਊਜ਼ਡ ਲੋਟ ਹੈ ਸੋ ਇਸ ਲਈ ਇਹਨਾਂ ਨੂੰ ਇਹ ਸਾਰਾ ਡੇਰਾ ਕਲਚਰ ਉਹਨਾਂ ਨੇ ਖੜਾ ਕੀਤਾ ਸੀ ਜਦੋਂ ਸੰਤਾ ਨੇ ਇੱਕ ਜ਼ੋਰਦਾਰ ਮੰਗ ਸ਼ੁਰੂ ਕੀਤੀ ਵੀ ਇਹ ਨਰਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾਏ ਜੀ ਦੋ ਕਿਤਾਬਾਂ ਨੇ ਇਹਨਾਂ ਦੀਆਂ ਅਵਤਾਰ ਬਾਣੀ ਤੇ ਯੁਗਪੁਰਸ਼ ਜਿਹਦੇ ਚ ਗੁਰੂ ਸਾਹਿਬਾਨ ਦੇ ਖਿਲਾਫ ਲਿਖਿਆ ਵੀ ਇਹਨਾਂ ਦੇ ਉੱਤੇ ਪਾਬੰਦੀ ਲੱਗੇ ਮੁਰਾਰਜੀ ਡਿਸਾਈ ਦੀ ਸਰਕਾਰ ਸੀ ਸਰਕਾਰ ਨੇ ਨਰਨਕਾਰੀਆਂ ਦੀ ਪਿੱਠ ਠੋਕੀ ਮੁਰਾਰਜੀ ਡਿਸਾਈ ਨੇ ਇੱਥੋਂ ਤੱਕ ਕਿਹਾ ਜੀ ਉਹ ਵਾਹ ਲੈਣੇ ਕਿਹਾ ਗਏ تھے ਹਾਂਜੀ ਸੋ ਇਸ ਸਾਰੇ ਚ ਇਹ ਮਾਹੌਲ ਜਿਹੜਾ ਸਾਰਾ ਬਾਦ ਵਿੱਚ ਉਹ ਨਰਖਤਾਰੀ ਮਾਰਿਆ ਗਿਆ ਜਿਹਦੇ ਲਈ ਜੱਜਦਾਰ ਰਣਜੀਤ ਸਿੰਘ ਹੋਰਾਂ ਨੇ ਲੰਬਾ ਵਕਤ ਜੇਲ੍ਹ ਕੱਟੀ ਜਿਨ੍ਹਾਂ ਨੂੰ ਬਾਅਦ ਜੱਜਦਾਰ ਬਣਾਇਆ ਗਿਆ ਜੀ ਪਰ ਸੰਤ ਪਿੰਡਰਾਂ ਵਾਲੇ ਜਿਹੜੇ ਨੇ ਉਹ ਏਜੰਸੀਆਂ ਦੀਆਂ ਅੱਖਾਂ 'ਚ ਰੜਕਣ ਲੱਗ ਪਏ ਵੀ ਇਹ ਇੱਕ ਸੱਚਾ ਸੁੱਚਾ ਇਨਸਾਨ ਹੈ ਜੀ ਜਿਹੜਾ ਕਿ ਸਿੱਖੀ ਦੀ ਗੱਲ ਕਰਦਾ ਔਰ ਸਿੱਖਾਂ ਨੂੰ ਜਾਗਰੂਕ ਕਰ ਰਿਹਾ ਹੈ ਔਰ ਕਿਉਂਕਿ ਇਹਨਾਂ ਦਾ ਦੇ ਨਾਲ ਭਾਈ ਅਮਰੀਕ ਸਿੰਘ ਜਿਹੜੇ ਕਿ ਸੰਤ ਕਰਤਾਰ ਸਿੰਘ ਦੇ ਬੇਟੇ ਵੀ ਸਨ ਜੀ ਤੇ 6 ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਬਣੇ ਉਹ ਉਹਨਾਂ ਦੇ ਲਗਭਗ ਸੱਜੇ ਹੱਥ ਵਾਂਗ ਜਾਂ ਰਾਈਟ ਆਰਮ ਦੀ ਤਰ੍ਹਾਂ ਸਨ ਤੇ ਬਾਬਾ 18 ਸਿੰਘ ਜਿਹੜੇ ਕਿ ਉੱਥੇ ਗੁਰਦਰਸ਼ਨ ਪ੍ਰਕਾਸ਼ ਸੇਵਾ ਸੰਭਾਲ ਕਰਦੇ ਸਨ ਹਾਂਜੀ ਟਕਸਾਲ ਦਾ ਹਿੱਸਾ ਸਨ ਸੋ ਸਰਕਾਰ ਨੇ ਭਾਈ 18 ਸਿੰਘ ਔਰ ਭਾਈ ਅਮਰੀਕ ਸਿੰਘ ਨੂੰ ਚੁੱਕ ਲਿਆ ਗ੍ਰਿਫਤਾਰ ਕਰ ਲਿਆ ਅੰਮ੍ਰਿਤਸਰ ਕੋਈ ਤਰੀਕ ਭੁਗਤਣ ਗਏ ਸੀ ਜੀ ਔਰ ਚੁੱਕ ਲਿਆ ਸੰਤ ਪੰਡਰਾਵਾਲੇ ਜਿਹੜੇ ਨੇ ਉਹ ਇੱਕਦਮ ਅੰਮ੍ਰਿਤਸਰ ਮਨਜੀਤ ਸਾਹਿਬ ਪਹੁੰਚੇ ਔਰ ਉਹਨਾਂ ਨੇ ਅਰਦਾਸ ਕਰਕੇ ਮੋਰਚੇ ਦਾ ਐਲਾਨ ਕੀਤਾ ਔਰ ਉਹਨਾਂ ਨੇ ਕਿਹਾ ਜੀ ਇਹ ਪਾਇਮ ਰਿਕਸ਼ਾ ਨੰਗਰ ਬਾਬਾ 18 ਸਿੰਘ ਨੂੰ ਨਾਜਾਇਜ਼ ਫੜਿਆ ਗਿਆ ਜਦੋਂ ਤੱਕ ਇਹਨਾਂ ਨੂੰ ਛੱਡਿਆ ਨਹੀਂ ਜਾਂਦਾ ਅਸੀਂ ਜਥੇ ਭੇਜਾਂਗੇ 51 ਸਿੱਖਾਂ ਦਾ ਜਥਾ ਜਾਂਦਾ ਸੀ ਹਾਂਜੀ ਉਸ ਤੋਂ ਥੋੜਾ ਜਿਹਾ ਟਾਈਮ ਪਹਿਲਾਂ ਇੰਦਰਾ ਗਾਂਧੀ ਨੇ ਕਪੂਰੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਟੱਕ ਲਾ ਕੇ ਸਤਲੁਜ ਯਮਨਾ ਲਿੰਕ ਨਹਿਰ ਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਹੈ ਹਾਂਜੀ ਉਹ ਆਪਣਾ ਐਵਾਰਡ ਦਿੱਤਾ ਹੋਇਆ ਸੀ ਤੇ ਅਕਾਲੀਆਂ ਨੇ ਕਪੂਰੀ ਦੇ ਵਿੱਚ ਮੋਰਚਾ ਸ਼ੁਰੂ ਕੀਤਾ ਸੀ ਉਸ ਪਾਣੀ ਨੂੰ ਜਾਣ ਤੋਂ ਰੋਕਣ ਦੇ ਲਈ ਪਰ ਉਹ ਮੋਰਚਾ ਉਹਨਾਂ ਦਾ ਫੇਲ ਹੋ ਰਿਹਾ ਸੀ ਪਰ ਇੰਦਰ ਜਦੋਂ ਸੰਤ ਪਿੰਡਰਾਂ ਵਾਲਿਆਂ ਨੇ ਮੋਰਚਾ ਸ਼ੁਰੂ ਕੀਤਾ ਤੇ ਅਕਾਲੀਆਂ ਨੇ ਵੀ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਔਰ ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਮੋਰਚਾ ਪਿੰਡਰਾਲਿਆਂ ਦੇ ਮੋਰਚੇ ਨਾਲ ਮਰਜ ਕਰ ਦਿੰਨੇ ਔਰ ਅਸੀਂ ਜਿਹੜਾ ਇਹਨੂੰ ਇੱਕ ਸਾਂਝਾ ਮੋਰਚਾ ਰਨ ਕਰ ਇਸ ਤਰੀਕੇ ਨਾਲ 4 ਅਗਸਤ 1982 ਤੋਂ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਹੋਈ ਤੇ ਜਿਹੜੀ ਧਰਮਯੁੱਧ ਮੋਰਚੇ 'ਚ ਭਾਵੇਂ ਪਹਿਲਾਂ ਬਹੁਤ ਸਾਰੀਆਂ ਮੰਗਾਂ ਸਨ 45 ਮੰਗਾਂ ਸੀ ਫਿਰ 35 ਹੋ ਗਈਆਂ ਪਰ ਜਿਹੜੀ ਉਹਦੀ ਸੈਂਟਰਲ ਡਿਮਾਂਡ ਸੀ ਉਸੇ ਅਨੰਦਪੁਰ ਸਾਹਿਬ ਦਾ ਮਤਾ ਅਨੰਦਪੁਰ ਦਾ ਮਤਾ ਉਹ ਸੀ ਜਿਹੜਾ ਅਕਾਲੀਆਂ ਨੇ ਪਾਸ ਕੀਤਾ ਸੀ ਵਰਕਿੰਗ ਕਮੇਟੀ ਨੇ ਔਰ ਉਹਦੀ ਜਿਹੜੀ ਸਪਿਰਿਟ ਆਫ ਦਾ ਅਨੰਦਪੁਰ ਰੈਜ਼ੋਲੂਸ਼ਨ ਐ ਸੀ ਕਿ ਹਿੰਦੁਸਤਾਨ ਦੇ ਵਿੱਚ ਫੈਡਰਲ ਸਟਰਕਚਰ ਹੋਣਾ ਚਾਹੀਦਾ ਹੈ ਸਟੇਟਾਂ ਕੋਲ ਜ਼ਿਆਦਾ ਪਾਵਰਸ ਹੋਣੀਆਂ ਚਾਹੀਦੀਆਂ ਜੀ ਸੈਂਟਰ ਗਵਰਨਮੈਂਟ ਆਪਣੇ ਕੋਲ ਡਿਫੈਂਸ ਐਕਸਟਰਨਲ ਅਫੇਅਰਸ ਫਾਈਨੈਂਸ ਤਿੰਨ ਚਾਰ ਮਹਿਕਮੇ ਰੱਖ ਕੇ ਬਾਕੀ ਸਾਰੇ ਸਟੇਟਾਂ ਨੂੰ ਦੇ ਦੇ ਇਹ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਦਾ ਕਾਰਨ ਸੀ ਔਰ 2 ਲੱਖ ਸਿੱਖਾਂ ਨੇ ਇਸ ਮੋਰਚੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਮਤਾ ਅਨੰਦਪੁਰ ਦਾ ਸੀ ਕੋਈ ਖਾਲਸਾਣ ਦੀ ਮੰਗ ਨਹੀਂ ਸੀ ਔਰ ਸੰਤ ਪਿੰਡਾ ਵਾਲੇ ਇਹ ਗੱਲ ਬਾਰ-ਬਾਰ ਕਹਿੰਦੇ ਸੀ ਕਿ ਅਸੀਂ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਲਾਇਆ ਜੀ ਔਰ ਇਸ ਤੋਂ ਘੱਟ ਸਾਨੂੰ ਕੋਈ ਕਬੂਲ ਨਹੀਂ ਉਹ ਅਕਾਲੀਆਂ ਨੂੰ ਵੀ ਚੈਲੰਜ ਕਰਦੇ ਸੀ ਕਿ ਤੁਹਾਨੂੰ ਹੁਣ ਬੰਦ ਕਮਰੇ ਆ ਜ ਤੁਸੀਂ ਜਾ ਕੇ ਮੀਟਿੰਗਾਂ ਕਰਕੇ ਸਮਝੌਤਾ ਨਹੀਂ ਕਰ ਸਕਦੇ ਜੀ ਔਰ ਇਹ ਉਹਨਾਂ ਦਾ ਇੱਕ ਗਲਤ ਗੱਲ ਹੈ ਜਿਹੜਾ ਸੰਤਾ ਨੂੰ ਇਹ ਦੋਸ਼ ਦਿੱਤਾ ਜਾਂਦਾ ਹੈ ਜਾਂ ਕਈ ਵਾਰ ਫੌਜੀ ਹਮਲੇ ਦਾ ਕਾਰਨ ਜੀ ਖਾਲਸਾਤਾਂ ਜਾਂ ਦੂਜਾ ਉਸੇ ਗੱਲ ਕਰਾਂਗੇ ਜਿਉਂ-ਜਿਉਂ ਗੱਲਬਾਤ ਅੱਗੇ ਵਧੇਗੀ ਪਰ ਇੱਕ ਗੱਲ ਜ਼ਰ ਹੈ ਵੀ ਧਰਮ ਯੁੱਧ ਮੋਰਚਾ ਜਿਹੜਾ ਉਹ ਸਿਰਫ ਅਨੰਦਪੁਰ ਸਾਹਿਬ ਦੇ ਮਥੇ ਦੀ ਪ੍ਰਾਪਤੀ ਲਈ ਸੀ ਔਰ ਸੰਤਾ ਨੇ ਬਾਰ-ਬਾਰ ਆਪਣੀਆਂ ਸਪੀਚਸ ਦੇ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਸੋ ਇਹ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਜੀ ਬਿਲਕੁਲ ਜੀ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਅੱਜ ਪਿੰਡਾਵਾਲੇ ਜੀ ਦਾ ਜਨਮ ਦਿਨ ਦਿਹਾੜਾ ਹੈ ਤੇ ਅਸੀਂ ਸਪੈਸ਼ਲ ਪ੍ਰੋਗਰਾਮ ਆਪਰੇ ਜੀ ਯੰਗਰ ਜਨਰੇਸ਼ਨਾਂ ਉਹਨਾਂ ਨੂੰ ਇਹਨਾਂ ਸ਼ਖਸੀਅਤ ਬਾਰੇ ਜਾਣਕਾਰੀ ਲੈ ਕਰ ਰਹੇ ਹਾਂ ਸਪੈਸ਼ੀਅਲ ਤੌਰ ਤੇ ਫੇਸਬੁੱਕ ਤੇ ਜਾਨਨੇ ਸੀ ਦੇਖਦੇ ਕਿ ਜੰਗਰ ਜਨਰੇਸ਼ਨ ਲਈ ਕਾਫੀ ਆਰਟੀਕਲਸ ਲਗਾਏ ਹੁੰਦੇ ਪਿੰਡਾਵਾਲਾ ਜਿਲ੍ਹੇ ਅੱਧੀ ਜਨਰੇਸ਼ਨ ਕਹਿੰਦੀ ਹੁੰਦੀ ਹੈ ਕਿ ਅਗਰ ਪਿੰਡਾਵਾਲੇ ਜੀ ਨੂੰ ਪਤਾ ਸੀ ਕਿ ਦਰਵਾਜ਼ਾ ਸਾਹਿਬ ਤੇ ਹਮਲਾ ਹੋਣਾ ਤੇ ਉਹ ਦਰਵਾਜ਼ਾ ਸਾਹਿਬ ਚ ਕਿਉਂ ਸ਼ਾਮਿਲ ਸੀ ਤੇ ਦੂਸਰੀ ਜ ਪਤਾ ਸੀ ਉਹਨਾਂ ਨੇ ਕਿਉਂ ਉਸੇ ਦਿਨ ਦਿਹਾੜਾ 3 ਜੂਨ ਦਾ ਦਿਹਾੜਾ ਕਿਉਂ ਲੱਭਿਆ ਉਹਨਾਂ ਨੇ ਬਾਕੀ ਦੇ ਹਜ਼ਾਰਾਂ ਸ਼ਰਦਾਲੂ ਕਿਉਂ ਮਾਰੇ ਉਹਨੇ 37 ਇਤਿਹਾਸਿਕ ਗੁਰਦੁਆਰਿਆਂ ਤੇ ਕਿਉਂ ਹਮਲਾ ਕੀਤਾ ਇਹ ਦੋਨਾਂ ਬਾਰੇ ਵੀ ਤੁਸੀਂ ਵਿਰਵੇਦ ਨਾਲ ਜਾਣਕਾਰੀ ਦਿਓ ਦੇਖੋ ਕਿਉਂਕਿ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਸਾਡੇ ਦਰਸ਼ਕਾਂ ਸ਼ਰੋਤਿਆਂ ਦੇ ਵਿੱਚ ਪੰਥ ਪ੍ਰਸਤ ਹੀ ਵੀਰ ਭੈਣਾ ਨੇ ਜੀ ਔਰ ਮੈਂ ਤੁਹਾਡਾ ਸਵਾਲ ਔਰ ਸਮਝਦਾ ਹਾਂ ਅਸੀਂ ਪ੍ਰੋਗਰਾਮ ਦੇ ਇਸ ਫਾਰਮੈਟਸ ਵੀ ਡਿਸਕਸ ਕੀਤਾ ਸੀ ਕਿ ਅੱਜ ਅਸੀਂ ਉਨਾ ਵਿਸ਼ਿਆਂ ਨੂੰ ਵਿੱਚ ਹੋਵਾਂਗੇ ਜਿਹੜੇ ਵਿਰੋਧੀਆਂ ਵੱਲੋਂ ਆਂਦੇ ਨੇ ਜਾਂ ਜਿਹੜੇ ਕਨਫਿਊਜ਼ਡ ਲੋਕ ਨੇ ਉਹਨਾਂ ਵੱਲੋਂ ਆਂਦੇ ਨੇ ਸੋ ਸਾਨੂੰ ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਬਾਰੇ ਕੋਈ ਭਲੇਖਾ ਨਹੀਂ ਹੈ ਉਹਨਾਂ ਦੀ ਉਹ ਸਿੱਖਾਂ ਦੇ ਨਾਇਕ ਨੇ ਮਹਾਨ ਸ਼ਹੀਦ ਨੇ ਜੀ ਔਰ ਵਰਾ 2000 ਦੇ ਵਿੱਚ ਦੁਨੀਆ ਭਰ ਦੇ ਸਿੱਖਾਂ ਨੇ VOTING ਪੈਟਰਨ ਰਾਈ ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਹਿਲਾਣਿਆ ਹੋਇਆ ਸੋ ਇਹਦੇ ਬਾਰੇ ਕੋਈ ਇਫਐਂਡ ਬੱਟ ਨਹੀਂ ਪਰ ਤੁਹਾਡੇ ਸਵਾਲ ਨੂੰ ਕਿ ਵੀ ਇੱਕ ਸੋਚ ਜਿਹੜੀ ਕਿ ਇਹ ਕਹਿੰਦੀ ਹੈ ਕਿ ਜੀ ਉਹਨਾਂ ਨੇ ਦਰਬਾਰ ਸਾਹਿਬ ਨੂੰ ਹੀ ਕਿਉਂ ਚੁਣਿਆ ਹਾਂਜੀ ਉੱਥੇ ਉਹਨਾਂ ਨੇ ਹਥਿਆਰ ਕਿਉਂ ਰੱਖੇ ਜੀ ਜੇ ਉਹ ਨਾ ਰੱਖਦੇ ਤੇ ਫਿਰ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ ਫਿਰ અપਮਾਨ ਨਾ ਹੁੰਦਾ ਅਕਾਲ ਤਖਤ ਨਾ ਟੱਟਦਾ ਜੀ ਹੁਣ ਪਹਿਲੀ ਗੱਲ ਕਿ ਇਸ ਦੇ ਅਸੀਂ ਥੋੜੇ ਵੇਰਵੇ ਚ ਜਾਈਏ ਇੱਕ ਸਵਾਲ ਇਹਦੇ ਨਾਲ ਜੇ ਅਸੀਂ ਸਿੰਪਲ ਹੋਰ ਜੋੜ ਲਈਏ ਕਿ ਦਲੀਲ ਦੀ ਖਾਤਰ ਇਸ ਗੱਲ ਨੂੰ ਮੰਨ ਲਓ ਕਿ ਫੌਜ ਨੇ ਹਮਲਾ ਇਸ ਲਈ ਕੀਤਾ ਕਿ ਅਕਾਲ ਤਖਤ ਸਾਹਿਬ ਤੇ ਸੰਤ ਪਿੰਡਾਂ ਵਾਲੇ ਸੀ ਜੀ ਔਰ ਉਹਨਾਂ ਨੂੰ ਫੜਨ ਦੇ ਲਈ ਫੌਜ ਗਈ ਪਰ ਫਿਰ ਦੂਸਰਾ ਸਵਾਲ ਇਹ ਹੈ ਕਿ 37 ਹੋਰ ਇਤਿਹਾਸ ਗੁਰਦੁਆਰਿਆਂ ਤੇ ਵੀ ਹਮਲਾ ਹੋਇਆ 3 ਜੂਨ ਦੀ ਰਾਤ ਨੂੰ ਹਮਲਾ ਕੀਤਾ ਗਿਆ ਜੀ ਔਰ ਇਹ ਵੀ ਬਹੁਤਿਆਂ ਨੂੰ ਪਤਾ ਨਹੀਂ ਹੈ ਵੀ ਹੁਣ ਹਰਮੰਦਰ ਸਾਹਿਬ ਤੇ ਪਤਾ ਹੈ ਵੀ ਟੈਂਕ ਲੈ ਆਂਦੇ ਗਏ ਪਰਸਨਲ ਆਰਮਡ ਕਰੀਅਰ ਆਈਆਂ ਜੀ ਐਲ ਐਮ ਜੀ ਮੀਡੀਅਮ ਮਸ਼ੀਨ ਗਨ ਵੱਡੀਆਂ ਗੰਜ਼ ਉਹਨਾਂ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਈਵਨ 20 ਦੇ ਕਰੀਬ ਨੇਵੀ ਨੇਵਲ ਡਾਈਵਰਸ ਯੂਜ਼ ਕੀਤੇ ਹਰਮੰਦਰ ਸਾਹਿਬ ਦੇ ਸਰੋਵਰ ਆਏ 에ਅਰ ਫੋਰਸ ਹੈਲੀਕਾਪਟਰਸ ਯੂਜ਼ ਹੋਏ ਜੀ ਲੇਕਿਨ ਇਹ ਬਹੁਤ ਘੱਟ ਨੂੰ ਪਤਾ ਹੈ ਵੀ ਜਿਹੜਾ 37 ਇਤਿਹਾਸ ਗੁਰਦੁਆਰਿਆਂ ਤੇ ਹਮਲਾ ਹੋਇਆ ਉਹਨਾਂ ਚ ਵੀ ਤਿੰਨ ਹੋਰ ਗੁਰਦੁਆਰਿਆਂ ਦੇ ਵਿੱਚ 20 ਟੈਂਕ ਲੈ ਆਂਦੇ ਗਏ ਜਿਨ੍ਹਾਂ ਚ ਗੁਰਦੁਆਰਾ ਤਰਨਤਾਰਨ ਸਾਹਿਬ ਜੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਗੁਰਦੁਆਰਾ ਮੁਖਸਰ ਸਾਹਿਬ ਉਹ ਉੱਥੇ ਦਾ ਪਿੰਡ ਵਾਲਿਆਂ ਨਹੀਂ ਸੀ ਬੈਠੇ ਇਹ ਕਿਸੇ ਨੂੰ ਭਲੇਖਾ ਨਹੀਂ ਸੀ ਸੋ ਜ਼ਾਹਰ ਹੈ ਵੀ ਹੁਣ ਜਿਹੜੀਆਂ ਜਿਹੜੇ ਫੈਕਟ ਸਾਡੇ ਸਾਹਮਣੇ ਆ ਰਹੇ ਨੇ ਜਿਵੇਂ ਕਿ ਇੰਗਲੈਂਡ ਦੇ ਵਿੱਚ ਡੀਕਲਾਸੀਫਾਈਡ ਡਾਕੂਮੈਂਟ ਹੋਏ ਔਰ ਇੰਗਲੈਂਡ ਦੇ ਗਵਰਨਮੈਂਟ ਨੇ ਮੰਨੇ ਹਾਊਸ ਆਫ ਕਾਮਨਸ ਦੇ ਵਿੱਚ ਕਿ ਇੰਦਰਾ ਗਾਂਧੀ ਨੇ ਤਾਂ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਉਹਨਾਂ ਦੀ ਜਿਹੜੀ ਐਸਐਸਏ ਯੂਨਿਟ ਹੈ ਜਿਹੜੀ ਉਹਨਾਂ ਦੀ ਐਲੀਟ ਯੂਨਿਟ ਹੈ ਜਿਹੜੀ ਇਰਾਕ ਦੇ ਵਿੱਚ ਅਫਗਾਨਿਸਤਾਨ ਫੌਕਲੈਂਡਸ ਦੇ ਵਿੱਚ ਇਸਤੇਮਾਲ ਕੀਤੀ ਹੈ ਜੀ ਉਹਨਾਂ ਦੀਆਂ ਸੇਵਾਵਾਂ ਲਈਆਂ ਪਲਾਨ ਤਿਆਰ ਕਰਨ ਦੇ ਲਈ ਸੋਵੀਅਤ ਯੂਨੀਅਨ ਦੀ ਕੇਜੀਬੀ ਏਜੰਸੀ ਸ਼ੁਰੂ ਤੋਂ ਹੀ ਇਨਵੋਲਵ ਰਹੀ ਹੈ ਇਹਨਾਂ ਸਾਰਿਆਂ ਦੇ ਵਿੱਚ ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੇ ਤੱਥ ਹੁਣ ਸਾਹਮਣੇ ਆਏ ਨੇ ਔਰ ਜੇ ਇਸ ਨੂੰ ਈਵਨ ਅਸੀਂ ਫਰਦਰ ਨ ਜਾ ਕੇ ਦੇਖੀਏ ਕਿ ਵੀ ਇਹ ਪਲੈਨਿੰਗ ਤਾਂ 8081 ਤੋਂ ਹੀ ਔਰ ਇਹ ਗੱਲ ਮਾਰਕਟ ਲਈ ਔਰ ਦੂਸਰਿਆਂ ਨੇ ਵੀ ਮੰਨੀ ਹੈ ਜੀ ਕਿ ਚਕਰਾਤਾ ਰਾਜਸਥਾਨ ਦੇ ਵਿੱਚ ਹਰਮੰਦਰ ਸਾਹਿਬ ਦਾ ਮਾਡਲ ਬਣਾ ਕੇ ਉਸ ਦੀ ਪ੍ਰੈਕਟਿਸ ਕੀਤੀ ਜਾਂਦੀ ਸੀ ਹਾਂਜੀ ਔਰ ਇਹ ਜਿਹੜਾ ਹਮਲਾ ਕਰਨ ਦੀ ਲਾਈਨ ਹੈ ਇੰਦਰਾ ਗਾਂਧੀ ਨੇ ਜਿਵੇਂ ਮੈਂ ਜ਼ਿਕਰ ਕੀਤਾ ਵੀ ਐਮਰਜੈਂਸੀ ਦੇ ਖਿਲਾਫ ਸਿੱਖਾਂ ਨੇ ਮੋਰਚਾ ਲਾਇਆ ਜੀ ਔਰ ਇੰਦਰਾ ਗਾਂਧੀ ਨੇ ਫੈਸਲਾ ਕਰ ਲਿਆ ਕਿ ਵੀ ਇਹ ਸਿੱਖਾਂ ਦੇ ਗੋਡੇ ਲਵਾਉਣੇ ਨੇ ਉਹਨੇ ਦੇਖ ਲਿਆ ਬਾਕੀ ਸਾਰਾ ਹਿੰਦੁਸਤਾਨ ਸੁਸਰੀ ਦੀ ਤਰ੍ਹਾਂ ਸੌਂ ਗਿਆ ਸੀ ਦੋਨੇ ਐਮਰਜੈਂਸੀ ਲਾਈ ਹੈ ਜੀ ਸਿੱਖ ਖਲੋਤੇ ਉਹਨੂੰ ਲੱਗਾ ਵੀ ਇਹ ਹਰ ਰੋਜ਼ ਮੋਰਚੇ ਲਾਉਂਦੇ ਨੇ ਇਹਨਾਂ ਕੋਲ ਬਣੇ ਬਣਾਏ ਗੁਰਦੁਆਰੇ ਨੇ ਬਣੇ ਬਣਾਏ ਇਹਨਾਂ ਦੇ ਤਖਤ ਉੱਥੋਂ ਹੀ ਅਰਦਾਸ ਕਰਕੇ ਤੁਰਦੇ ਨੇ ਪਹਿਲਾਂ ਤਾਂ ਇਹਨਾਂ ਦਾ ਤਖਤ ਤੋੜੋ ਪਹਿਲਾ ਇਹਨਾਂ ਦਾ ਪ੍ਰਾਈਡ ਤੋੜੋ ਕਿ ਜੀ ਸਾਡੇ ਸਾਹਮਣੇ ਸਰਕਾਰਾਂ ਝੁਕਦੀਆਂ ਨੇ ਸੋ ਅਸੀਂ ਸਮਝਦੇ ਆਂ ਕਿ ਇਹ ਜ਼ਹਿਨियत ਸੀ ਜਿਸ ਚੋਂ ਇਹ ਹਮਲਾ ਨਿਕਲਿਆ ਦੂਸਰੀ ਗੱਲ ਇੱਕ ਗੱਲ ਔਰ ਇਹ ਗੱਲ ਮੈਂ ਨਹੀਂ ਕਹਿੰਦਾ ਇਵਨ ਲੈਫਟ ਹੈਂਡ ਜਨਰਲ ਸਿਨਾ ਜਿਹੜਾ ਕਿ ਵੈਸਟਰਨ ਕਮਾਂਡ ਦਾ ਜਨਰਲ ਰਿਹਾ ਉਹਨੇ ਵੀ ਇੰਟਰਵਿਊ ਚ ਕਿਹਾ ਉਹਨਾਂ ਅਮਰੀਕਾ ਅਮਰੀਕਾ ਦੇ ਵਿੱਚ ਤੁਹਾਡੇ ਕੋਲ ਹਥਿਆਰ ਨਹੀਂ ਸੰਤਾਂ ਦੇ ਜਥੇ ਕੋਲ ਜਿੰਨੇ ਹਥਿਆਰ ਸਨ ਉਹ ਲਾਇਸੈਂਸਡ ਵੈਪਨਸਨ ਲਾਇਸੈਂਸੀ ਹਥਿਆਰ ਸੀ ਜੀ ਹੁਣ ਜੇ ਤੁਹਾਡੇ ਕੋਲ ਲਾਇਸੈਂਸਡ ਵੈਪਨ ਹੈ ਤੁਹਾਡੇ ਘਰ ਦੇ ਵਿੱਚ ਭਾਵੇਂ ਅਮਰੀਕਾ ਦਾ ਪ੍ਰੈਜ਼ੀਡੈਂਟ ਆ ਜਾਏ ਜੀ ਬਿਨਾ ਦੱਸੇ ਜੇ ਦਰਵਾਜ਼ਾ ਚ ਉਹ ਇਨਕਰੂਡ ਕਰਦਾ ਹੈ ਤੇ ਤੁਹਾਡੇ ਕੋਲ ਹੱਕ ਹੈ ਤੁਸੀਂ ਉਹਨੂੰ ਸ਼ੂਟ ਡਾਊਨ ਕਰ ਸਕਦੇ ਹੋ ਇਹ ਤੁਹਾਡਾ ਰਾਈਟ ਬਣਦਾ ਹੈ ਹਾਂ ਜੇ ਤੁਸੀਂ ਆਪਣੀ ਟੈਰੀਟਰੀ ਚੋਂ ਬਾਹਰ ਜਾ ਕੇ ਕੋਈ ਗੱਲ ਕਰਦੇ ਹੋ ਉਹ ਇੱਕ ਡਿਫਰੈਂਟ ਪਾਰਟ ਹੁੰਦਾ ਹੈ ਹਾਂ ਜੀ ਸੋ ਸੰਤ ਪਿੰਡਾਂ ਵਾਲਿਆਂ ਜਾਂ ਉਹਨਾਂ ਦੇ ਸਾਥੀਆਂ ਨੇ ਬਾਰ ਨਿਕਲ ਕੇ ਫੌਜ ਤੇ ਹਮਲਾ ਨਹੀਂ ਕੀਤਾ ਉਹ ਆਪਣੇ ਤਖਤ ਤੇ ਸਨ ਜੀ ਤਖਤਾਂ ਦੇ ਉੱਤੇ ਹਥਿਆਰ ਰੱਖੇ ਹੀ ਨਹੀਂ ਜਾਂਦੇ ਰੋਜ਼ਾਨਾ ਹਥਿਆਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਅੱਜ ਵੀ ਤੁਸੀਂ ਅਕਾਲ ਤਖਤ ਸਾਹਿਬ ਜਾਓ ਔਰ ਪੰਜੋ ਤਖਤ ਜਿਹੜੇ ਨੇ ਤਖਤ ਦਾ ਮਤਲਬ ਹੀ ਥਰੋਨ ਹੁੰਦਾ ਹੈ ਸੀਟ ਆਫ ਪਾਵਰ ਬਿਲਕੁਲ ਔਰ ਸੀਟ ਆਫ ਪਾਵਰ ਸਿੱਖੀ ਦੇ ਵਿੱਚ ਤਾਂ ਸਾਡੇ ਗਾਤਰੇ ਕਿਰਪਾਨ ਹੈ ਹਾਂਜੀ ਤਖਤ ਜਿਹੜੇ ਨੇ ਉਹ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਔਰ ਹੁਣ ਇਹ ਵੀ ਸਾਡੀ ਰਵਾਇਤ ਹੈ ਹੁਣ ਹਰਮੰਦਰ ਸਾਹਿਬ ਦੇ ਅੰਦਰ ਕਿਸੇ ਸਿੱਖ ਨੇ ਪੋਜੀਸ਼ਨ ਨਹੀਂ ਲਈ हरिमंदर साहब न फोर्टीफाई नहीं किया हरिमंदर हर साहब जो किसी एक ने भी फाई नहीं क्योंकि हरिमंदर साहब के चार दरवाजे खुला हरिमंदर वो मनुखता दे है। तख्त जड़े ने और अकाल तख्त जितों पहला हुक्मनामा ही गुरु हरगोबिंद साहब का सिल्ली तख्त तो दो फुट उच्चा तख्त बनाया कि वी जवानी वी घोड़ा वधिया शस्त्र कि भी जो मेरे दर्शन करना चाहता है वी जवान आओ जिन्होंने शहीद पानी है वजी हथियार लैके आओ व घोड़ा लैके आओ ਸੋ ਜੋ ਸੰਤਾ ਨੇ ਉੱਥੇ ਹੀ ਬਾਬਾ ਗੁਰਬਖਸ਼ ਸਿੰਘ ਹਾਂਜੀ ਉਹਨਾਂ ਨੇ ਸ਼ਹੀਦੀ ਪਾਈ ਸੀ ਅਫਦਾਲੀ ਦਾ ਮੁਕਾਬਲਾ ਕਰਦੇ ਜੀ ਉੱਥੇ ਹੀ ਸ਼ਹੀਦ ਬਾਬਾ ਦੀਪ ਸਿੰਘ ਨੇ ਸ਼ਹੀਦੀ ਪਾਈ ਸੀ ਅਫਦਾਲੀ ਦਾ ਮੁਕਾਬਲਾ ਕਰਦੇ ਸੋ ਜਦੋਂ ਤੁਸੀਂ ਕੋਈ ਵੀ ਜਰਵਾਨਾ ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਆਂਦਾ ਹੈ ਫੇਰ ਉਹਨੂੰ ਡਿਫੈਂਡ ਕਰਨਾ ਜਿਹੜਾ ਉਹ ਮੁੱਢਲੇ ਤੌਰ ਦੇ ਉੱਤੇ ਸਿੱਖੀ ਫਰਜ਼ ਹੈ ਔਰ ਮੈਂ ਸਮਝਦਾ ਵੀ ਸੰਤਾ ਨੇ ਸਿੱਖ ਰਵਾਇਤਾਂ ਨੂੰ ਵੀ ਫੋਲੋ ਕੀਤਾ ਹੈ ਜੀ ਔਰ ਦੁਸ਼ਮਨ ਦਾ ਮੂੰਹ ਤੋੜ ਜਵਾਬ ਦਿੰਦਾ ਹੈ ਔਰ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਜੋ ਕਿ ਦੁਸ਼ਮਨ ਦੇ ਜਰਨਲ ਨੇ ਕਿਹਾ ਉਹ ਜੂਜੇ ਨਹੀਂ ਔਰ ਸਿੱਖੀ ਨੂੰ ਪ੍ਰਾਈਡ ਦਿੰਦਾ ਹੈ ਇਸੇ ਲਈ ਉਹਨਾਂ ਨੂੰ ਪੰਥ ਨੇ ਸ਼ਹੀਦ ਦਾ ਰੁਤਬਾ ਦਿੱਤਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਡਾਕਟਰ ਸਾਹਿਬ ਸਾਡੇ ਕੋਲ ਸਵਾਲ ਜਵਾਬ ਤੋਂ ਹੋਰ ਵੀ ਬਹੁਤ ਨੇ ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਹੈ ਕੱਲ ਨੂੰ ਤੁਹਾਨੂੰ ਅਸੀਂ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ ਸਪੈਸ਼ਲ ਟੀਵੀ 84 ਦੇ ਦਰਸ਼ਕਾਂ ਦੇ ਤੇ ਅਸੀਂ ਇਸੇ ਤਰ੍ਹਾਂ ਆਪਣੇ ਸਵਾਲ ਜਵਾਬ ਇਸੇ ਵਿਸ਼ੇ ਤੇ ਕੱਲ ਨੂੰ ਵੀ ਜਾਰੀ ਰੱਖਾਂਗੇ ਪਰ ਤਦ ਤੱਕ ਲਈ ਮੈਂ ਤੁਹਾਡੇ ਕੋ ਇਜਾਜ਼ਤ ਲੈਣੀ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਈਵਰਜ਼ ਇੱਥੇ ਮੈਂ ਤੁਹਾਡੇ ਕੋ ਇਜਾਜ਼ਤ ਲੈਣੀ ਹਾਂ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਤਦ ਤੱਕ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ